बड़ा पौन दा शौक है? बहुत बहुत ज्यादा शौक है। खूना विच ना शौक नहीं है, खून विच है भंगड़ा पाना। ट्रॉफी लेके जाएंगे जरूर जाएंगे। तू कोच सर जो तो सिखाते हैं तो बड़े प्यार ना सिखाते हैं कि डांटते भी है? प्यार ना सिखाते हैं। अश्के अकैडमी दे वल्लों बहुत सोहना एक उपराला किया गया है जिस दे विच गिद्दे भंगड़े दे कॉम्पीटिशन्स करवाए गए। उन्हां दा जो थीम है वो बहुत ज़्यादा सोहना सीगा, खासकर यंगस्टर्स नूं लैके कि असी किस राह ते जा रहे हैं, जो असी शायद हर किसी दी परफॉर्मेंस दे विच देखिया होगा। अजिहियां परफॉर्मेंस जो भी बैठ के देख रहा सी वह शायद इस तरीके नाल बन के बैठ गया सीगा कि हर किसी नूं इदां सी कि खत्म ना होवे। साडे नाल बहुत छोटे और प्यारे बच्चे मौजूद ने जो बहुत सोहनी परफॉर्मेंस दे के आए है। सो इन्हां गलबात करने हैं कि इन्हों खुद किदा दा महसूस हो रहा है जदों बहुत सारे लोगों के वालों इन्हों इन्नी मोहब्बत दी जा रही है। बहुत सत श्रीकाल सब तो पहला सारे नूं। सत श्रीकाल। तुसी स्टेज ते बहुत रंग जमा के आए हो, सो थानू किदा दा फील हो रहा सी जदों सारे थोड़े सामने बैठ के नजर टिका के बैठे सी ते ताड़ियां मार रहे सी? बहुत ज्यादा वधिया। ਭੰਗੜਾ ਪਾਉਣ ਦਾ ਸ਼ੌਂਕ ਹੈ? ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸ਼ੌਂਕ ਹੈ। ਸਾਡੇ ਖੂਨਾਂ ਵਿੱਚ ਨਾ ਸ਼ੌਂਕ ਨਹੀਂ ਹੈ, ਖੂਨ ਵਿੱਚ ਹੈ ਭੰਗੜਾ ਪਾਉਣਾ। ਬਹੁਤ ਵੱਡੀਆਂ ਗੱਲਾਂ ਕਰ ਰਹੇ ਹੋ, ਬਹੁਤ ਛੋਟੇ ਛੋਟੇ ਬੱਚੇ ਹੋ ਤੁਸੀਂ, ਇਸ ਸਭ ਤੋਂ ਜ਼ਿਆਦਾ ਛੋਟੀ ਔਰ ਪਿਆਰੀ ਬੱਚੀ ਹੈ। ਸੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸਪੈਸ਼ਲੀ ਭੰਗੜਾ ਪਾ ਕੇ ਸਟੇਜ ਤੇ? ਬਹੁਤ ਵਧੀਆ ਬਹੁਤ ਵਧੀਆ। ਮੰਮੀ ਡੈਡੀ ਕਿੱਦਾਂ ਦਾ ਰਿਐਕਟ ਕਰਦੇ ਹੁੰਦੇ ਆ ਜਦੋਂ ਤੁਸੀਂ ਡਾਂਸ ਕਰਦੇ ਹੋ? ਬਹੁਤ ਵਧੀਆ। ਇੱਕ ਹੋਰ ਛੋਟਾ ਪਿਆਰਾ ਬੱਚਾ ਹੈ, ਆਜੋ। ਕੀ ਨਾਮ ਹੈ ਤੁਹਾਡਾ? ਕੀ ਨਾਮ ਹੈ? ਪ੍ਰਭ। ਪ੍ਰਭ, ਤੁਹਾਨੂੰ ਕਿਵੇਂ ਦਾ ਲੱਗ ਰਿਹਾ ਭੰਗੜਾ ਕਰਕੇ? ਅੱਛਾ ਲੱਗ ਰਿਹਾ। ਸੋ ਕੋਚ ਸਰ ਜਦੋਂ ਸਿਖਾਉਂਦੇ ਆ ਤਾਂ ਬੜੇ ਪਿਆਰ ਨਾਲ ਸਿਖਾਉਂਦੇ ਆ ਕਿ ਡਾਂਟਦੇ ਵੀ ਹੈ? ਪਿਆਰ ਨਾਲ ਸਿਖਾਉਂਦੇ ਆ। ਸੋ ਪਰਸਨਲੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਛੋਟੇ ਪਿਆਰੇ ਬੱਚਿਓ ਕਿ ਤੁਹਾਨੂੰ ਭੰਗੜਾ ਪਾਉਣਾ ਪਸੰਦ ਹੈ ਜਾਂ ਤੁਹਾਨੂੰ ਲੱਗਦਾ ਕਿ ਸਾਨੂੰ ਇੱਦਾਂ ਦੀਆਂ ਚੀਜ਼ਾਂ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ? ਕੌਣ ਬੋਲੇਗਾ? ਸਾਨੂੰ ਭੰਗੜੇ ਨਾਲ ਜੁੜੇ ਰਹਿਣਾ ਚਾਹੀਦਾ ਕਿਉਂਕਿ ਸਾਡੀ ਪੰਜਾਬੀ ਦਾ ਪਾਰਟ ਵੀ ਹੈਗਾ, ਤਾਂ ਸਾਨੂੰ ਹਮੇਸ਼ਾ ਉਹਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਕੋਈ ਸਟੈਪ ਜੋ ਤੁਹਾਡਾ ਬਹੁਤ ਫੇਵਰੇਟ ਹੋਵੇ ਉਹ ਤੁਸੀਂ ਸਾਨੂੰ ਕਰਕੇ ਦਿਖਾਉਣਾ ਚਾਹੋ? ਦਿਖਾਓ ਫਿਰ। ਚਲੋ ਪਲੀਜ਼, ਚਲੋ ਕਰੋ ਫਿਰ। ਬਾਪ ਰੇ, ਬੜੀ ਐਨਰਜੀ ਹੈ ਇਹਨਾਂ ਚ। ਥੈਂਕ ਯੂ ਸੋ ਮੱਚ, ਥੈਂਕ ਯੂ ਵੈਰੀ ਮੱਚ, ਬਹੁਤ ਸੋਹਣਾ ਪਰਫਾਰਮ ਕੀਤਾ। ਸੋ ਹੁਣ ਇਹ ਵੀ ਉਮੀਦ ਹੈ ਕਿ ਅਸੀਂ ਟਰੋਫੀ ਲੈ ਕੇ ਜਾਵਾਂਗੇ। ਹਾਂਜੀ, ਅਸੀਂ ਫਸਟ ਟਰੋਫੀ ਲੈ ਕੇ ਜਾਵਾਂਗੇ, ਜ਼ਰੂਰ ਜਾਵਾਂਗੇ। ਫਸਟ ਟਰੋਫੀ ਲੈ ਕੇ ਜਾਣੀ ਹੈ, ਕੌਨਫੀਡੈਂਸ ਵੀ ਪੂਰਾ ਹੈ। ਹਾਂਜੀ, ਥੈਂਕ ਯੂ ਸੋ ਮੱਚ ਸਾਡੇ ਨਾਲ ਗੱਲ ਕਰਨ ਲਈ। ਥੈਂਕ ਯੂ, ਵੈਲਕਮ।